ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਸਿੰਗਰਸ ਦੇ ਵਿੱਚੋਂ ਲੈਜੈਂਡ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਕਿ ਲੈਜੈਂਡ ਇਹ ਲੈਜੈਂਡ ਹੈ ਇਹ ਲੈਜੈਂਡ ਹੈ ਤੁਹਾਨੂੰ ਕਿਹੜਾ ਲੈਜੈਂਡ ਲੱਗਦਾ ਹੈ ਲੈਜੈਂਡ ਦੀ ਗੱਲ ਕਰੀਏ ਲੈਜੈਂਡ ਦਾ ਹੁੰਦਾ ਜਿਵੇਂ ਕੁਲਦੀਪ ਮਾਨਕ ਸਾਹਿਬ ਸੀ ਜੀ ਜੀ ਉਹ ਅੱਜ ਦੁਨੀਆ ਤੇ ਨਹੀਂ ਹੈ ਪਰ ਅੱਜ ਵੀ ਉਹਨਾਂ ਦਾ ਗਾਣਾ ਵਜਦਾ ਚਮਕੀਲੇ ਦਾ ਅੱਜ ਵੀ ਗਾਣਾ ਚੱਲਦਾ ਹੈ ਠੀਕ ਹੈ ਜੀ ਲੈਜੈਂਡ ਉਸ ਨੂੰ ਕਿਹਾ ਜਾਂਦਾ ਸਭ ਲੈਜੈਂਡ ਜਿਹੜਾ ਅੱਜ ਦਾ ਲੈਜੈਂਡ ਵਰਡ ਹੈ ਉਹ ਉਹ ਚੀਜ਼ ਹੈ ਵੀ ਜਿਹਦੇ ਗਾਣਿਆਂ ਨੂੰ ਤੁਸੀਂ ਪਰਵਾਰਕ ਸੁਣ ਸਕਦੇ ਹੋ ਹੂੰ ਜਿਹਦੇ ਵਿਚਕਾਰ ਗੁਰਦਾਸ ਮਾਨ ਜੀ ਨੇ ਜੀ ਜੀ ਹਰਭਜਨ ਬਾਈ ਜੀ ਨੇ ਏਦਾਂ ਦੇ ਬਹੁਤ ਮਨਮੋਹਨ ਵਾਰਿਸ ਨੇ ਇਹ ਏਦਾਂ ਦੇ ਲੋਕ ਨੇ ਜਿਨ੍ਹਾਂ ਦੇ ਗਾਣੇ ਤੁਸੀਂ ਪਰਿਵਾਰਕ ਵੈਗ ਕੇ ਸੁਣ ਸਕਦੇ ਹੋ ਉਸ ਨੂੰ ਲੈਜੈਂਡ ਕਹਿੰਦੇ ਆ ਵੀ ਜਿਹੜੀ ਚੀਜ਼ ਨੂੰ ਤੁਸੀਂ ਖੁੱਲਾ ਓਪਨ ਦਿਖਾ ਸਕੋ ਸਾਰਾ ਦਿਲ ਵਿਚਕਾਰ ਤੁਹਾਨੂੰ ਕਿਹੜੇ ਗਾਣੇ ਪਸੰਦ ਨੇ ਕਿ ਤੁਸੀਂ ਹੁਣ ਰੀਸੈਂਟਲੀ ਕਿਹੜਾ ਗਾਣਾ ਜ਼ਿਆਦਾ ਸੁਣ ਰਹੇ ਹੋ ਮਤਲਬ ਉਹ ਕਹਿੰਦੇ ਮਾਈਂਡ ਦੇ ਵਿਚ ਗਾਣਾ ਸੈੱਟ ਹੋ ਜਾਂਦਾ ਜਿਹੜਾ ਜਾ ਕੇ ਹੁਣ ਤੁਸੀਂ ਦੇਖੋ ਇੱਕ ਛੋਟਾ ਜਿਹਾ ਗਾਣਾ ਚੱਲੇ ਸੀ ਹੱਸਦੇ ਹੀ ਰਹਿੰਦੇ ਆ ਉਸ ਗਾਣੇ ਦੀ ਵਰਡ ਕੀ ਸੀਗੇ ਉਹ ਗਾਣੇ ਦੀ ਵੀਡੀਓ ਵੀ ਕੁਛ ਨਹੀਂ ਹੈ ਬਟ ਉਹ ਗਾਣਾ ਇੰਨਾ ਕਿ ਲੋਕਾਂ ਨੇ ਪਸੰਦ ਵਾਇਰਲ ਹੋਇਆ ਕਿਉਂਕਿ ਉਹ ਐ ਲੱਗਿਆ ਵੀ ਯਾਰ ਸਾਡੀ ਲਾਈਫ ਤੇ ਹੈ ਸਾਡੀ ਲਾਈਫ ਤੇ ਵੀ ਜੇ ਅੱਜ ਅਸੀਂ ਦੁੱਖਾਂ ਦੇ ਇੰਨੇ ਭਰੇ ਹੋਇਆ ਆ ਬਦਲ ਜਗ ਜੇ ਅਗਰ ਕਿੱਥੇ ਜਾਂਦੇ ਆ ਜੇ ਅਗਰ ਕੋਈ ਮਿਲ ਜਾਂਦਾ ਹੈ ਜੇ ਅਗਰ ਹੱਸ ਗਏ ਬਟ ਮੀਨ ਸਮਝ ਲਓ ਵੀ ਸਾਰਾ ਦਿਨ ਅਸੀਂ ਹੱਸਦੇ ਹੀ ਰਹਿੰਦੇ ਆ ਲੋਕਾਂ ਨੂੰ ਜਿਹਨੂੰ ਮਿਲਦੇ ਆ ਬਿਲਕੁਲ ਬਿਲਕੁਲ ਸੋ ਇਹ ਵਰਡਸ ਨੇ ਜੀ ਜਿਹੜੇ ਆਪਣੇ ਜ਼ਿੰਦਗੀ ਚ ਕਰ ਆਪਾਂ ਲੋਕ ਆਪਣੇ ਚ ਜੋੜ ਲੈਣਨੇ ਆ